ਮੁਕਾਬਲਾ। ਕਹਿੰਦੇ ਪਿਓ ਦੀ ਡੀਰੀ ਜਿਹੜੇ ਚੌਥੇ ਪੈਰ ਨੂੰ ਉਦੋਂ ਕਹਿੰਦੇ ਉੱਥੇ ਲਾਉਂਦੇ ਨੇ ਰਮਾਲੀਆਂ ਕੇ ਸੂਈ ਦੇ ਨੱਕੇ ਤੇ ਸੋਹਣੀ ਪੈਂਡਾ ਲੰਘਣਾ ਕਰਨੀਆਂ ਗੱਲਾਂ ਉਹ ਜਿਵੇਂ ਸਿਖਾ ਲੀਆਂ ਕਿ ਇੱਕੋ ਦਿਨ ਜਾਂਦਾ ਨੀ ਸਟਾਰ ਬਣਿਆ ਤੇ ਰੋੜਾ ਰੋੜਾ ਲਾ ਕੇ ਮਹਿਲ ਜਾਂਦੇ ਨੇ ਜਿਹਨੇ ਇੱਕੋ ਸੀਜ਼ਨ ਜੇ ਚੱਜ ਨਾਲ ਲੱਗ ਜੇ ਪਹਿਲੀ ਜੋੜ ਵਾਲਿਆਂ ਤੋਂ ਲੁੱਟ ਜਾਂਦੇ ਨੇ ਗਿਣੇ ਬਈ ਕਿਸੇ ਵੀ ਬੰਨ ਨੇ ਫੌਲ ਨੀ ਲੜਨਾ। ਔਰ ਸਾਡੇ ਮੋਨਾ ਬਖਸ਼ੀ ਜੀ ਕਹਿੰਦੇ ਬਈ ਜਿਹੜਾ ਮਲ ਜਿੱਤ ਗਿਆ ਮੇਰੇ ਵੱਲੋਂ 2000 ਲੱਗ ਗਿਆ ਤਾਰੀ ਲਾਵੋ ਬੜੀ ਜੋਰ ਲਾਵੋ। ਸਾਡੇ ਮੋਨਾ ਬਖਸ਼ੀ ਜੀ ਕਹਿੰਦੇ 2000 ਤੇ ਸਾਡੇ ਬਿਮਲ ਬਾਜੀ ਕਹਿੰਦੇ 500 ਮੇਰੇ ਵੱਲੋਂ ਲੱਗ ਗਿਆ। ਡਾਕਿਆ ਦਰਸ਼ਕੋ ਇੱਧਰ IPL ਵੀ ਚੱਲਦਾ ਏ ਪਰ ਅੱਜ IPL ਇੱਥੇ ਹੀ ਹੋ ਗਿਆ ਏ ਵਾਕਈ ਅੱਜ ਦਾ IPL ਕਾਨੇ ਦੀ ਧਰਤੀ ਤੇ ਵੀ ਚੜਦਾ ਏ। ਕਹਿੰਦਾ ਤੂੰ IPL ਵੇਖਣ ਦੀ ਸ਼ਕੀਨ ਬੜੀ ਤੇ ਤੂੰ IPL ਵੇਖਣ ਦੀ ਸ਼ਕੀਨ ਬੜੀ ਉਹ ਅਸੀਂ ਜੰਗਲ ਵੇਖੀ ਦੇ ਨੀ ਤੂੰ ਵਿੱਚ AC ਦੇ ਰਹਿਣੀ ਹੈ ਅਸੀਂ ਖਾੜਿਆਂ ਦੇ ਵਿੱਚ ਪਿੰਡੇ ਸੇਕੀ ਦੇ ਨੀ ਤੂੰ ਲੌਂਗ ਸਿਕਸ ਨੂੰ ਲਾਈਕ ਕਰੇ ਤੇ ਮੈਂ ਫੈਨ ਹਾਂ ਕੁਸ਼ਤੀ ਭਲਵਾਨੀ ਦਾ ਤੂੰ ਫੈਨ ਹੈ ਇੰਡੀਆ ਦੇ ਵਿਰਾਟ ਕੋਹਲੀ ਦੀ ਮੈਂ ਫੈਨ ਹਾਂ ਰਿਆਸੀਆਂ ਦੇ ਪਲਵਾਨ ਦਾ ਮੈਂ ਫੈਨ ਹਾਂ ਕਾਕਾ ਪਹਿਲਵਾਨ RS ਪੁਰੇ ਵਾਲੇ ਦਾ ਤਾੜੀ ਲਾਵੋ ਬੜੀ ਜੋਰ ਨਾਲ ਦੋਨੇ ਮਨ ਖੜੇ ਨੇ ਪਰ ਬਾਤਾਂ ਸਮੇਂ ਦੀਆਂ ਕੌਣ ਜਿੱਤੂ ਕੌਣ ਹਰੂ ਇਹ ਤਾਂ ਬਾਤ ਸਮਝਦੀ ਹੈ ਵਿੱਚ ਬਾਕਾ ਫਿਰ ਢੋਲੀਆਂ ਦਾ ਵੀ ਜੋਰ ਲੱਗਿਆ ਇੱਕ ਤਾੜੀ ਸਾਡੇ ਢੋਲੀ ਵੀਰਾਂ ਨੇ ਵੀ ਲਾ ਦੇ ਜ਼ੋਰਦਾਰ ਕਹਿੰਦਾ ਬਾਜਦਾ ਢੋਲ ਕੇ ਬਾਜਦਾ ਢੋਲ ਗੂੰਜਦਾ ਕੰਨੀ ਉਹ ਝੰਡੀ ਲਾਲ ਰੰਗ ਦੀ ਬੰਨੀ ਅਨਸਰ ਕਹਿ ਕੇ ਜਾਂਦਾ ਏ ਅੱਜ ਦੇਖ ਰਹੇ ਕੰਨੇ ਦੀ ਝੰਡੀ ਕਿਹੜਾ ਮਲ ਲੈ ਕੇ ਜਾਂਦਾ ਏ ਕੇ ਪ੍ਰਵਾਨ ਲੈ ਕੇ ਜਾਂਦਾ ਏ ਜਾਂ ਕਾਕਾ ਲੈ ਕੇ ਜਾਂਦਾ ਏ ਇਹ ਤਾਂ ਬਾਤ ਸਮਝਦੀ ਹੈ ਉਸ ਪਰਮਾਤਮਾ ਨੂੰ ਪਤਾ ਹੈ ਕਿਹੜੇ ਜਿੱਤਣਾ ਕਿਹੜੇ ਹਾਰਨਾ ਉਸ ਮਾਲਕ ਨੂੰ ਪਤਾ ਹੈ। ਵਾਕਿਆ ਜਿੱਤਣ ਦੇ ਲਈ ਜੰਗ ਜਿਹੜੀ ਯਾਰੀ ਹੈ ਕਿ ਜਿੱਤਣ ਦੇ ਲਈ ਜੰਗ ਜਿਹੜੀ ਯਾਰੀ ਹੈ ਤੇ ਜਿੱਤਣ ਦੇ ਲਈ ਜਿਹੜਾ ਹਰ ਦਮ ਰਹੇ ਪਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰਜੇ ਵਾਰ ਜਿਹੜਾ ਪਹਿਲਾਂ ਕਰਜੇ ਵਾਰ ਵਾਕਈ ਜਿਹੜਾ ਜਿਹਨੇ ਅਟੈਕ ਮਾਰਨਾ ਜਿਹਨੇ ਚਾ ਮਾਰਨੇ ਹੈ ਉਹਦੇ ਹੱਕ ਵਿੱਚ ਫੈਸਲਾ ਹੋਣਾ ਹੈ ਉਹਦੇ ਹੱਕ ਵਿੱਚ ਫੈਸਲਾ ਹੋਣਾ ਹੈ। ਚਲੋ ਵੀ ਚਲੋ ਮੱਲੋ ਮਾਰੇ ਦਾ ਪਿੱਛ ਕਿੰਨਾ ਸਮਾਂ ਕੁਸ਼ਤੀ ਦਾ ਤੇ 15 ਮਿੰਟ ਦਾ ਸਮਾਂ ਹੈ ਘੜੀ ਤੇ ਲਾ ਲਿਓ 15 ਮਿੰਟ ਤੋਂ ਬਾਅਦ ਜਿਹੜਾ ਪੁਆਇੰਟ ਕਰਵਾ ਦੇਣਾ ਹੈ ਕਿਉਂਕਿ ਦੰਗਲ ਕਮੇਟੀ ਨੇ ਅੱਜ ਸਿਰਾ ਕਰਵਾ ਦਿੱਤਾ ਏ ਸਿਰਾ ਕਰਵਾ ਦਿੱਤਾ ਏ ਬਹੁਤ ਬਹੁਤ ਚਲੋ ਵੀ ਚਲੋ ਬੜੇ ਵਧੀਆ ਮੁਕਾਬਲੇ ਮੈਦਾਨ ਦੇ ਵਿੱਚ ਚੱਲਦੇ ਹੈ ਇਹਨਾਂ ਪਹਿਲਵਾਨਾਂ ਦੇ ਦਰਮਿਆਨ। ਚਲੋ ਵੀ ਢੋਲੀ ਦੀ ਧਰਤੀ ਦੇ ਦੰਗਲ ਸਾਰੇ ਦਰਸ਼ਕਾਂ ਨੇ 1 ਵਜੇ ਪੁੱਜ ਜਾਣਾ 1 ਵਜੇ ਜਿਹੜਾ ਦੰਗਲ ਸਟਾਰਟ ਹੋ ਜਾਣਾ ਤੇ ਕਮੇਟੀ ਦੀ ਬੇਨਤੀ ਹੈ ਸਾਰੇ ਪਹਿਲਵਾਨਾਂ ਨੂੰ ਵੀ 3 ਵਜੇ ਤੋਂ ਬਾਅਦ ਕੋਈ ਵੀ ਜਿਹੜੀ ਪਾਜੀ ਨਹੀਂ ਬਣਾਈ ਜਾਣੀ 1 ਵਜੇ ਸਾਰੇ ਵੱਲ ਪੁੱਜ ਜਾਣ। ਉਹ ਬੱਲੇ 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 ਉਹਦੇ ਕਾਕਾ ਤਾੜੀ ਲਾ ਰਿਹਾ ਇੱਕ ਵਾਰੀ ਜੋ
ਨਾਲ ਭਲਵਾਨ ਹੈ ਰਿਆਸੀ ਵਾਲਾ। ਵਾਕਈ ਬੱਲੇ ਬੱਲੇ ਹੋਈ ਪਈ ਮੈਦਾਨ ਦੇ ਵਿੱਚ ਜੋਰ ਤੇ ਜਾਨ ਪੂਰੀ ਲੱਗੀ ਹੋਈ ਹੈ। ਕਹਿੰਦਾ ਮੁੜਕੋ ਮੁੜਕੀ ਹੋ ਗਿਆ ਜੋਰ ਚੋਪੜਾ ਦਾ, ਇਹ ਕੰਡਾ ਨਹੀਂ ਚੁੱਭਦਾ ਜਿਸਮ ਇੱਕ ਠੋਰ ਚੋਪੜਾ ਦਾ, ਉਹ ਚੜ੍ਹਦੀ ਉਮਰ ਤੇ ਗਰਮ ਖੂਨ ਗਿਣਕਾਰੇ ਤਾਂ ਵੱਜਦੇ, ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਵੱਜਦੇ। ਭਾਈ ਸਾਡੇ ਜਗੇ ਚ ਆ ਜਾਣਾ, ਦੰਗਲ ਕਮੇਟੀ ਵੱਲੋਂ ਸਨਮਾਨ ਕੀਤਾ ਜਾਣਾ। ਆਓ ਜੀ, ਸਾਡੀ ਦੰਗਲ ਕਮੇਟੀ ਸਨਮਾਨ ਕਰੇਗੀ, ਨਾਲ ਦੇ ਨਾਲ ਸਾਡੇ ਲੋਸਰ ਅਨਿਲ ਵੀ, ਇਹਨਾਂ ਨੂੰ ਵੀ ਸਾਡੀ ਦੰਗਲ ਕਮੇਟੀ ਵੱਲੋਂ ਮਾਨ ਸਨਮਾਨ ਕੀਤਾ ਜਾਣਾ। ਅਨਿਲ ਜੀ ਚਲੋ ਚਲੋ, ਕਹਿੰਦੇ ਢੋਲ ਵੱਜਦਾ ਡਗਾ ਵੱਜਦਾ ਨਾਲੇ ਵੱਜਦਾ ਹੀ ਤੁੰਬਾ, ਜੋਰ ਨੱਚਦਾ ਜਵਾਨੀ ਨੱਚਦੀ, ਕਹਿੰਦੇ ਵੇਖ ਭਾਬੀਏ ਕਿਤੇ ਗਵਾਂਢੀਆਂ ਦੇ ਕੋਠੇ ਉੱਤੇ ਕਾਲਾ ਮੋਰ ਨੱਚਦਾ, ਇਹ ਕਾਕਾ ਚਿੰਬ ਆਨ ਤੇ ਪੂਰਾ ਜੰਮੂ ਦੇ ਮੱਲਾਂ ਦੇ ਵਿੱਚ ਇੱਕ ਨੰਬਰ ਵਿੱਚ ਨਾਂ ਹੈ ਕਾਕਾ ਪਹਿਲਵਾਨ ਆਰਸਪੁਰਾ। ਭਾਈ ਤਾੜੀਆਂ ਮਾਰ ਦਿਓ ਨਾਲ ਦੇ ਨਾਲ, ਅੱਜ ਦੇ ਸਾਡੇ ਰੈਫਰੀ ਉਹਨਾਂ ਨੂੰ ਜਿਹੜਾ ਕਿ ਸਨਮਾਨਿਤ ਕੀਤਾ ਜਾ ਰਿਹਾ, ਸਾਡੇ ਲੋਸਰ ਅਨਿਲ ਨੂੰ, ਭਾਈ ਸਾਡੇ ਪੂਰਨ ਦੀ ਅਸੀਂ ਰਿਕੁਐਸਟ ਕਰਾਂਗੇ, ਦੋ ਮਿੰਟ ਕੁਸ਼ਤੀ ਅਸੀਂ ਇੱਥੋਂ ਦੇਖਾਂਗੇ। ਲੰਗੋਟਾ ਫਟ ਗਿਆ ਕਿਸੇ ਪਹਿਲਵਾਨ ਦਾ, ਜਰੂਰ ਇਹਨਾਂ ਸ਼ੀਟਾਂ ਮੇਲਿਆਂ ਦੇ ਨਾਲ ਜੁੜੇ ਰਹੋ। ਔਰ ਜਿੰਨਾ ਵੀ ਸਾਡਾ ਨਗਰ ਇਲਾਕੇ ਦਾ ਯੂਥ ਹੈ, ਬੇਨਤੀ ਹੈ ਕਿ ਤੁਸੀਂ ਵੀ ਕਮੇਟੀਆਂ ਦੇ ਨਾਲ ਜੁੜੋ। ਔਰ ਜਿਹੜਾ ਜੰਗਲ ਹੈ ਜਿੱਦਾਂ ਸਾਡੇ ਉਸਤਾਦ ਜੀ ਨੇ ਦੱਸਿਆ ਬਈ, ਅਗਲੀ ਵਾਰ ਇਸ ਤੋਂ ਵੀ ਵੱਡਾ ਜੰਗਲ ਹੋਵੇ, ਬੜੀ ਖੁਸ਼ੀ ਦੀ ਗੱਲ ਹੁੰਦੀ ਹੈ। ਇੱਕ ਸਾਲ ਦੇ ਬਾਅਦ ਇਹ ਜਿਹੜਾ ਮੇਲਾ ਲੱਗਦਾ ਹੈ, ਇੱਕ ਸਾਲ ਤੋਂ ਬਾਅਦ ਜਿਹੜਾ ਇਹ ਮੇਲਾ ਲੱਗਦਾ ਹੈ, ਬਹੁਤ ਬਹੁਤ ਧੰਨਵਾਦ ਹੈ। ਜਿੱਥੇ ਪੂਰਾ ਹਿੰਦੁਸਤਾਨ ਇਕੱਠਾ ਹੋਇਆ ਹੁੰਦਾ, ਜਿੱਥੇ ਕਿ ਵੱਖ ਵੱਖ ਸਟੇਟਾਂ ਤੋਂ ਪਹਿਲਵਾਨ ਪੁੱਜੇ ਹੁੰਦੇ ਆ, ਵੱਖ ਵੱਖ ਨਗਰਾਂ ਤੋਂ ਜਿਹੜੇ ਦਰਸ਼ਕ ਪੁੱਜੇ ਹੁੰਦੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਦੰਗਲ ਕਮੇਟੀ ਨੂੰ ਲੱਖ ਲੱਖ ਵਧਾਈਆਂ ਨੇ, ਅੱਜ ਨੂੰ ਛਿੰਝ ਮੇਲੇ ਦੀਆਂ ਬਹੁਤ ਵਧੀਆ ਜਿਹੜੇ ਕੁਸ਼ਤੀਆਂ ਦੇ ਫੈਸਲੇ ਦਿੱਤੇ ਆ ਰੈਫਰੀਆਂ ਨੇ। ਇੱਕ ਤਾੜੀ ਸਾਡੇ ਰੈਫਰੀ ਵੀਰਾਂ ਨੇ ਵੀ ਲਾ ਦਿਓ, ਇਹਨਾਂ ਦੇ ਵੀ ਜ਼ੋਰ ਲੱਗਦੇ ਆ। ਔਰ ਸਾਡੇ ਹਰਵੰਸ ਭਾਜੀ ਵੀ, ਅਸੀਂ ਲਾਈਵ ਟੀਵੀ ਵਾਲੇ ਅੱਜ ਇਸ ਮੇਲੇ ਦੀ ਕਵਰੇਜ ਕਰਦੇ ਆ, ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਹਰਵੰਸ ਭਾਜੀ ਵੀ, ਅਸੀਂ ਲਾਈਵ ਟੀਵੀ ਯੂਟਿਊਬ ਚੈਨਲ ਹੈ, ਤੁਸੀਂ ਜਦੋਂ ਮਰਜ਼ੀ ਆਪਣਾ ਦੰਗਲ ਦੇਖ ਸਕਦੇ ਹੋ। ਸਾਡੇ ਰਾਮ ਸਰੂਪ ਜੀ, ਉਹ ਵੀ ਅੱਜ ਇਸ ਛਿੰਝ ਮੇਲੇ ਦੀ ਕਵਰੇਜ ਕਰਦੇ ਆ, ਉਹਨਾਂ ਦਾ ਵੀ ਵੱਡਾ ਧੰਨਵਾਦ ਹੈ, ਬਹੁਤ ਬਹੁਤ ਧੰਨਵਾਦ ਹੈ। ਜਿਹਦੇ ਵੀ ਸਾਡੇ ਵੀਰ ਪੁੱਜੇ ਹੈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। Thank you.
ਬੜੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਚੱਲਦੀ ਹੋਈ। ਕਾਕਾ ਤੇ ਪਹਿਲਵਾਨ ਬਾਈ ਤਾੜੀਆਂ ਲਾ ਦਿਓ ਇੱਕ ਵਾਰੀ ਜ਼ੋਰਦਾਰ ਦਰਸ਼ਕੋ। ਬੜੀ ਵਧੀਆ ਕੁਸ਼ਤੀ, ਸਮਾਂ ਬੀਤਦਾ ਜਾਂਦਾ, ਮਤਲਬ ਮਾਰੋ ਦਾਅਵੇ ਚ ਕਰੋ ਕੁਸ਼ਤੀਆਂ ਦੇ ਫੈਸਲੇ। ਬਾਕੀ ਘੜੀਆਂ ਕਦੇ ਰੁਕਦੀਆਂ ਨਹੀਂ, ਸਮਾਂ ਕਦੀ ਰੁਕਦਾ ਨਹੀਂ। ਬੜੀ ਵਧੀਆ ਕੁਸ਼ਤੀ, ਅੱਜ ਦਾ ਫਾਈਨਲ ਮੁਕਾਬਲਾ ਵੱਡੀ ਝੰਡੀ ਮੈਦਾਨ ਦੇ ਵਿੱਚ ਚੱਲਦੀ ਹੈ। ਇਹਨਾਂ ਪਹਿਲਵਾਨਾਂ ਦੇ ਦਰਮਿਆਨ ਬਲਵਾਨ ਤੇ ਕਾਕਾ, ਚਲੋ ਵੀ ਚਲੋ, ਕਿੰਨਾ ਸਮਾਂ ਹੋ ਗਿਆ ਕੁਸ਼ਤੀ ਦਾ? ਚਲੋ ਚਲੋ ਚਲੋ, ਕਾਕਾ ਤੇ ਬਲਵਾਨ। ਉਧਰ ਕਾਕਾ ਪਹਿਲਵਾਨ ਆਰ ਐਸ ਭਰੇ ਵਾਲਾ ਮੈਦਾਨ ਦੇ ਵਿੱਚ ਉੱਪਰਲੇ ਪਾਸੇ ਹੈ ਤੇ ਬਲਵਾਨ ਰਿਆਸੀ ਵਾਲਾ ਹੇਠਲੇ ਪਾਸੇ ਹੈ। ਵਾਹ ਵੀ ਵਾਹ, ਬੜੀ ਸਿਰੇ ਦੀ ਕੁਸ਼ਤੀ। ਮੈਦਾਨ ਮੈਦਾਨਾਂ ਦੇ ਉਹ ਕਿੱਲਿਆਂ ਦੇ ਵਿੱਚ ਪਿੰਡ ਜੁੜਦੇ, ਜਦ ਪਿੰਡ ਹੁੰਦੇ ਨੇ ਸਾਨਾਂ ਦੇ, ਘਰ ਛੱਡ ਕੇ ਖਾੜੇ ਵਿੱਚ ਰਹਿੰਦੇ ਆ ਵੱਡੇ ਜਿਗਰੇ ਦੇਖ ਜਵਾਨਾਂ ਦੇ, ਅਮਨ ਡੇਰੇ ਬਾਬੇ ਨਾਨਕ ਵੇ, ਜਿਨ੍ਹਾਂ ਮਾਰ ਗੁਰਾਂ ਦੀ ਚੱਲੀ ਹੈ ਉਹੀ ਖੜਦੇ ਪੂਰੇ ਤੂਫਾਨਾਂ ਦੇ, ਉਹੀ ਅੜਦੇ ਨਾਲ ਤੂਫਾਨਾਂ ਦੇ। ਬਾਕੀ ਜਿਹੜੇ ਪਹਿਲਵਾਨ ਹੁੰਦੇ ਨਾ, ਇਹਨਾਂ ਦੇ ਉਸਤਾਦਾਂ ਦੀ ਵੀ ਵੱਡੀ ਮਿਹਨਤ ਹੁੰਦੀ ਹੈ। ਜੇ ਪਹਿਲਵਾਨ ਸਵੇਰੇ 5 ਵਜੇ ਜਾਗਦੇ ਤਾਂ ਉਸਤਾਦ 4 ਵਜੇ ਜਾਗਦੇ ਹੈ। ਪਹਿਲਾਂ ਉਸਤਾਦ ਇਹਨਾਂ ਮੱਲਾਂ ਨੂੰ ਵਾਕਿਆ ਵੱਡੀਆਂ ਮਿਹਨਤਾਂ ਕਰਾ ਕੇ ਫੇਰ ਜਾ ਕੇ ਇਹਨਾਂ ਥਾਣਿਆਂ ਦੇ ਵਿੱਚ ਲੜ ਹੁੰਦਾ ਹੈ। ਕਹਿੰਦਾ ਜਿਹਨੂੰ ਪੱਗ ਦੀ ਕੀਮਤ ਦਾ ਪਤਾ ਨਹੀਂ, ਇੱਕ ਕੁਸ਼ਤੀ ਦੇ ਵਿੱਚ ਪੱਗ ਹੁੰਦੀ ਹੈ ਜਿਹੜੇ ਆਪਣੇ ਉਸਤਾਦ ਨੂੰ ਦਿੰਦੇ ਹੈ। ਇਹਨਾਂ ਪਹਿਲਵਾਨਾਂ ਨੇ ਸਾਡੇ ਉਸਤਾਦ ਤਾਰੇ ਹੁੰਦੇ ਹੈ। ਕਹਿੰਦਾ ਜਿਹਨੂੰ ਪੱਗ ਦੀ ਕੀਮਤ ਦਾ ਪਤਾ ਨਹੀਂ, ਉਹਦੇ ਨਾਲ ਪੱਗ ਪਟਾਉਣ ਦਾ ਕੀ ਫਾਇਦਾ,
ਜਿਹੜਾ ਪਹਿਲੇ ਪੈਗਣਾ ਸ਼ੇਰ ਨੂੰ ਕਹੇ ਬਿੱਲੀ, ਉਹਨੂੰ ਹੋਰ ਪਿਉਣ ਦਾ ਕੀ ਫਾਇਦਾ? ਜਿਹੜੇ ਮਾਲਣੇ ਸਿੰਘਾਂ ਵਿੱਚ ਨਿੱਤ ਟਹਿਣਾ, ਉਹਨੂੰ ਘਿਓ ਖਵਾਉਣ ਦਾ ਕੀ ਫਾਇਦਾ? ਤੇ ਜਿਹੜਾ ਯਾਰ ਨਾ ਸਮੇਂ ਸਿਰ ਕਾਮਯਾਬੇ, ਇਹੋ ਜਿਹਾ ਯਾਰ ਬਣਾਉਣ ਦਾ ਕੀ ਫਾਇਦਾ? ਮੈਂ ਕਿਹਾ ਗੱਲਾਂ ਸੱਚੀਆਂ ਨੇ, ਗੱਲਾਂ ਸੱਚੀਆਂ ਨੇ। ਕਹਿੰਦਾ ਇਹ ਦੁਨੀਆ ਮਤਲਬ ਖੋਰਾਂ ਦੀ, ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰਾਂ ਦੀ। ਕੇ ਬਠਿੰਡੇ ਬਾਰਿਆ ਇੱਥੇ ਯਾਰ ਬਣਾ ਕੇ ਕਈ ਸੱਪਾਂ ਵਾਂਗੂ ਡੰਗਦੇ ਨੇ, ਉਹ ਪਿੱਠ ਪਿੱਛੇ ਕਰਨ ਬਦਨਾਮੀਆਂ, ਤੇ ਮੂੰਹ ਤੇ ਖਹਿਰਾ ਮੰਗਦੇ ਨੇ, ਤੇ ਮੂੰਹ ਤੇ ਖਹਿਰਾ ਮੰਗਦੇ ਨੇ। ਵਾਕੇ ਚੱਲਦੀ ਹੁੰਦੀ ਸੀ ਮੈਦਾਨ ਦੇ ਵਿੱਚ, ਉਹ ਬੱਲੇ 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 ਉਧਰ ਕਾਕਾ ਬਈ ਤਾੜੀਆਂ ਲਾ ਦੇ ਚਲੋ ਵੀ ਟੋਲੀ ਲਾਓ ਡਗਾ। ਚਲੋ ਮੰਨੋ ਮਾਰੋ ਦਾਅ ਵਿੱਚ ਕਰੋ ਕੁਸ਼ਤੀਆਂ ਦੇ ਫੈਸਲੇ। ਸਮਾਂ ਕਿੰਨਾ ਹੋ ਗਿਆ? 10 ਮਿੰਟ। ਹਾਂ, 10 ਮਿੰਟ ਦਾ ਜਿਹੜਾ ਸਮਾਂ ਬੀਤ ਗਿਆ ਕੁਸ਼ਤੀ ਦਾ, 5 ਮਿੰਟ ਦਾ ਜਿਹੜਾ ਸਮਾਂ ਬਾਕੀ ਹੈ, ਉਸ ਤੋਂ ਅਗਲਾ ਫੈਸਲਾ ਜਿਹੜਾ ਕਮੇਟੀ ਦਾ ਹੋਏਗਾ ਉਹ ਪਹਿਲਵਾਨਾਂ ਨੂੰ ਮੰਨਣਾ ਪੈਣਾ ਹੈ। ਚਲੋ ਵੀ ਚਲੋ, ਬਾਕੀ ਪਹਿਲਵਾਨ ਇੱਕ ਦਾ ਅਖਾੜਾ ਕਰਦਾ ਮੰਗਰ ਹੈ, ਔਰ ਇੱਕ ਜੰਮੂ ਨਵਾਂ ਸ਼ਹਿਰ ਆਰਸਪੁਰ ਦਾ ਨੌਜਵਾਨ ਹੈ। ਕਹਿੰਦਾ ਕਿ ਪੱਟਾਂ ਦੀ ਤਿਆਰੀ ਕਰਦੀਆਂ ਬੈਠਕਾਂ, ਬਾਕੀ ਪੱਟ ਵੇਖੋ ਪਹਿਲਵਾਨਾਂ ਦੇ। ਕਹਿੰਦਾ ਪੱਟਾਂ ਦੀ ਤਿਆਰੀ ਦੱਸਦੀਆਂ ਬੈਠਕਾਂ, ਤੇ ਮੋਦੀ ਢੋਲ ਭਰਦੀ ਗਵਾਹੀ ਜੋਰਾਂ ਦੀ, ਕੇ ਸ਼ਿੰਗਾਰ ਦੇ ਡੱਡ ਡੋਲਿਆਂ ਦੀ ਛੇਪ ਨੂੰ, ਤੇ ਮਿਹਨਤ ਮਹਤਾਜ ਨਾ ਸਟੈਪਾਂ ਮੋਹਰਾਂ ਦੀ, ਤੇ ਖਾਧੀ ਹੋਈ ਖੁਰਾਕ ਚਿਹਰਾ ਛੱਡੇ ਲਾਲੀਆਂ, ਉਹ ਸਾਦਗੀ ਵਧਾਉਂਦੀ ਸ਼ੋਭਾ ਉਸਤਾਦ ਦੀ, ਸੋਨੀ ਘੱਟ ਬੋਲਣਾ ਪਸੰਦ ਮੱਲਾਂ ਨੂੰ, ਹਿੰਦੁਸਤਾਨ ਦੇ ਵਿੱਚ ਕੁਸ਼ਤੀਆਂ ਹੁੰਦੀਆਂ ਨੇ, ਟਰੈਕਟਰ ਬੁਲਟ ਕਾਰਾਂ ਤੇ ਜਿਹੜੀਆਂ ਵੱਡੀਆਂ ਝੰਡੀਆਂ ਹੁੰਦੀਆਂ ਨੇ, ਅੱਜ ਦੇ ਦਿਨ ਦੇ ਵਿੱਚ ਜੇ ਕਿਸੇ ਦਾ ਪੁੱਤ ਵੱਡਾ ਪਹਿਲਵਾਨ ਬਣ ਜਾਵੇ, ਵਾਕਿਆ ਕਈ ਪੀੜ੍ਹੀਆਂ ਸੁਧਰ ਜਾਂਦੀਆਂ ਨੇ। ਤੇ ਵੱਡੀ ਮਿਹਨਤ ਹੁੰਦੀ ਆ ਉਸਤਾਦਾਂ ਦੀ, ਇਹਨਾਂ ਦੇ ਮਾਪਿਆਂ ਦੀ, ਇਹਨਾਂ ਪਹਿਲਵਾਨਾਂ ਦੀ। ਕਹਿੰਦਾ ਸਪਾਟਿਆਂ ਦੇ ਨਾਲ ਹੀ ਆਹ ਕੰਮ ਬਣਦੇ, ਇਹ ਪੈਰਾਂ ਦੇ ਨਾਲ ਪਾਟੇ ਥੰਮ ਬਣਦੇ, ਕਿ ਜੱਡਾਂ ਨਾਲੇ ਆਉਂਦੀ ਯਾਰੋ ਬਾਹਾਂ ਵਿੱਚ ਜਾਣ, ਕਿ ਗੁਰੂ ਬਿਨਾਂ ਕਦੇ ਯਾਰੋ ਮਿਲੇ ਨਾ ਗਿਆਨ, ਕਿ ਖਾਣਾ ਦੇਸੀ ਛੱਡ ਖਾਇਆ ਨਾ ਕੁਝ ਹੋਰ ਮਿੱਤਰੇ, ਇੱਕ ਸਭ ਤੋਂ ਜ਼ਰੂਰੀ ਹੁੰਦੇ ਜੋਰ ਮਿੱਤਰੋ, ਕਹੇ ਅਮਨ ਦਿਓਲ ਮੱਲੀ ਕਾਮਨਾ ਆਸਾਨ, ਇਹ ਪੰਜੇ ਚੀਜ਼ਾਂ ਨਾਲ ਯਾਰੋ ਬਣਦੇ ਆ ਪਹਿਲਵਾਨ। ਵਾਕਿਆ ਵੱਡੀਆਂ ਮਿਹਨਤਾਂ, ਔਰ ਪਹਿਲਵਾਨੀ ਦੇ ਵਿੱਚ ਕਈ
ਜਿਹੜੀ ਮਿਹਨਤਾਂ ਹੁੰਦੀਆਂ ਨੇ, ਡੰਡ ਸਪਾਟੇ ਬੈਠਕਾਂ ਤੇ ਦੇਸੀ ਖੁਰਾਕ, ਫਿਰ ਜਾ ਕੇ ਇੰਨੇ ਵੱਡੇ ਮਾਲ ਬਣ ਹੁੰਦਾ ਹੈ। ਚਲੋ ਵੀ ਢੋਲੀ ਨੂੰ ਡਾਉਟ ਹੋਣ ਦੇ ਸਮਾਂ ਬੀਤਦਾ ਜਾਂਦਾ ਆ। ਕਿੰਨਾ ਸਮਾਂ ਗਿਆ ਕੁਸ਼ਤੀ ਦਾ? ਹਾਂ, 2 ਮਿੰਟ ਜਿਹੜੇ ਬਾਕੀ ਹੈ, ਲਾਸਟ 2 ਮਿੰਟ ਬਾਕੀ ਹੈ। ਬਾਕੀ ਘੜੀਆਂ ਤਾਂ ਰੁਕਦੀਆਂ ਨਹੀਂ, ਕੁਸ਼ਤੀ ਵੀ ਚੱਲਦੀ ਹੈ ਤੇ ਘੜੀ ਵੀ ਚੱਲਦੀ ਹੈ। ਬਾਕੀ ਘੜੀ ਵੀ ਟਿਕ ਟਿਕ ਕਰਕੇ ਚਲੀ ਜਾਂਦੀ ਹੈ, ਰੁਕਦੀ ਨਹੀਂ ਹੈ। ਕਹਿੰਦਾ ਘੜੀਆਂ ਟਾਈਮ ਦੱਸਦੀਆਂ ਨੇ ਹਾਦਸੇ ਨਹੀਂ, ਤੇ ਬੇਗੀਆਂ ਥੱਲੇ ਗੋਲੇ ਲੱਗਦੇ ਬਾਦਸ਼ਾਹ ਨਹੀਂ। ਵਾਕਿਆ ਘੜੀ ਵੀ ਚੜ੍ਹਦੀ ਜਾਂਦੀ ਹੈ, ਉੱਧਰ ਕੁਸ਼ਤੀ ਵੀ ਮੈਦਾਨ ਦੇ ਵਿੱਚ ਆਉਂਦੀ ਹੈ। ਇਹਨਾਂ ਪਹਿਲਵਾਨਾਂ ਦੇ ਦਰਮਿਆਨ ਹੈ, ਦੇਖਾਂ ਦੀ ਕੌਣ ਜਿੱਤਦਾ ਕੌਣ ਹਾਰਦਾ ਹੈ। ਵਾਹ ਵੀ ਵਾਹ, ਚਲੋ ਚਲੋ ਚਲੋ। ਕਹਿੰਦਾ ਸੁਖੀ ਲੋਕੋ ਜਿੰਨਾ ਚਿਰ ਬਾਹਰ ਨਹੀਂ ਪੈਂਦਾ ਨਹੀਂ, ਉਹ ਗੁਰਾਂ ਵਾਂਗੂ ਗੁਰੂ ਕੇਲਾ ਕਦੇ ਕਹਿੰਦਾ ਨਹੀਂ। ਚਾਰੇ ਪਾਸੇ ਜਮ ਕੇ ਜੋ ਬਣ ਕੇ ਕੁੰਦਨ, ਮਿਹਨਤਾਂ ਦੀ ਭੱਠੀ ਚ ਸਰੀਰ ਪੈਂਦਾ ਝੋਕਣਾ, ਉਹ ਗਿਦੜਾਂ ਤੋਂ ਹੁੰਦਾ ਨੀ ਸ਼ਿਕਾਰ ਕਦੇ ਸ਼ੇਰ ਦਾ, ਉਹ ਹੁੰਦਾ ਰਾਹ ਸਮੁੰਦਰਾਂ ਦਾ ਰੁਕਣਾ, ਕਿ ਸੁਖਾ ਨਹੀਂ ਹੁੰਦਾ ਰਾਹ ਸਮੁੰਦਰਾਂ ਦਾ ਰੁਕਣਾ। ਬਾਕੀ ਲਾਸਟ ਮਿੰਟ ਜਿਹੜੇ ਕੁਸ਼ਤੀ ਦੇ ਬਾਕੀ ਹੈ, ਚਲੋ 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 ਪਹਿਲਵਾਨੋ, ਲਾਸਟ ਮਿੰਟਾਂ ਦੇ ਵਿੱਚ ਜਿਹੜੀ ਕੁਸ਼ਤੀ ਹੈ। ਬਾਈ ਵਿੱਚ ਹੋ ਜਾਓ, ਵਿੱਚ ਪਹਿਲਵਾਨੋ। ਹਾਂ, ਬਾਕੀ ਜਵਾਨੀ ਦੇਖੋ ਵੀ, ਜੋਰ ਤੇ ਜਵਾਨੀ। ਕਹਿੰਦਾ ਜੋਰ ਤੇ ਜਵਾਨੀ ਯਾਰੋ ਉਮਰਾਂ ਦੀ ਖੇਡ ਹੈ, ਉਹ ਜਿਹਦੇ ਵਿੱਚ ਹੁੰਦੇ ਯਾਰੋ ਸਾਧਾਂ ਵਾਲੇ ਭੇੜ। ਵਿੱਚ ਜੋ ਵਿੱਚ 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 Thank you.
ਭਾਈ ਵਿੱਚ ਦੇ ਵਿੱਚ ਦੋਨੇ ਬੰਦ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਕਹਿੰਦਾ ਜੋਰ ਤੇ ਜਵਾਨੀ ਯਾਰ ਉਮਰਾਂ ਦੀ ਖੇਡ ਅੱਜ ਦੇ ਵਿੱਚ ਹੁੰਦੇ ਯਾਰ ਸਾਨਾ ਵਾਲੀ ਪੀੜ ਅੱਜ ਵਾਕਈ ਕੰਨ ਦੀ ਧਰਤੀ ਤੇ ਸਾਨਾ ਵਾਲਾ ਯੁੱਧ ਹੋ ਗਿਆ ਸਾਨਾ ਵਾਲਾ ਭੇਡ ਹੋ ਗਿਆ ਬਈ ਬਾਕੀ ਬੰਦੇ ਪਿੱਛੋ ਜੋ ਬਾਰ ਬਾਰ ਬਈ ਬਾਕੀ ਬੰਦੇ ਬੈਠੋ ਥੱਲੇ ਬਾਹਰ ਹੋ ਜੋ ਭਾਈ ਪਿੱਛੇ ਦੇ ਰੈਫਰੀ ਸਾਹਿਬ ਕੋਈ ਵਿੱਚ ਕਰ ਲਿਓ ਜ਼ਿਆਦਾ ਭਾਈ ਪਿੱਛੇ ਬਾਈ ਬੈਠੀ ਸਟੇਜ ਦੇ ਸਾਹਮਣੇ ਜਿੰਨੇ ਵੀ ਬੰਦੇ ਖੜੇ ਨੇ ਬੈਠੋ 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 ਭਾਈ ਜਿੰਨੇ ਵੀ ਬੰਦੇ ਸਟੇਜ ਦੇ ਸਾਹਮਣੇ ਖੜੇ ਨੇ ਬੈਠੋ ਕਹਿੰਦੇ ਭਾਈ ਸਟੇਜ ਦੇ ਸਾਹਮਣੇ ਜਿਹੜੇ ਬੰਦੇ ਖੜੇ ਨੇ ਬੈਠੋ ਕਹਿੰਦੇ ਆਵਾਜ਼ ਸੁਣਦੀ ਹੈ ਤਾਂ ਬੈਠ ਜਾਓ ਕਿਉਂਕਿ ਪਿੱਛੇ ਸਾਡੀ ਕਮੇਟੀ ਬੈਠੀ ਹੈ ਉਹਨਾਂ ਵੀ ਜੰਗਲ ਦੇਖਣਾ ਛੋਟੇ ਬਾਈ ਛੋਟੇ ਬੈਠੋ ਥੱਲੇ ਬਾਈ ਜਿਹੜੇ ਸਟੇਜ ਦੇ ਸਾਹਮਣੇ ਬੰਦੇ ਖੜੇ ਆ ਬੈਠੋ ਬਾਈ ਪਿੱਛੇ ਕਮੇਟੀ ਬੈਠੀ ਹੈ ਬੈਠੀ ਹੈ ਬੈਠੋ ਬੈਠੋ ਬੈਠੀ ਹੈ ਪਰਮਾਤਮਾ ਨੂੰ ਪਤਾ ਕਿਵੇਂ ਜਿੱਤਣਾ ਕਿਵੇਂ ਹਾਰਨਾ ਹੈ ਕਹਿੰਦਾ ਚਲੋ ਵੀ ਢੋਲੀ ਲਾਓ ਢੋਲ ਤੇ ਜਗਾ ਬਹੁਤ ਵਧੀਆ ਜਿਹੜੇ ਫੈਸਲੇ ਹੋਏ ਅੱਜ ਇਸ ਧਰਤੀ ਦੇ ਜਿਹੜੇ ਵੀ ਦਰਸ਼ਕ ਪੁੱਜੇ ਸਾਰਿਆਂ ਦਾ ਵੱਡਾ ਧੰਨਵਾਦ ਹੈ ਕਿਉਂਕਿ ਦਰਸ਼ਕਾਂ ਦੇ ਨਾਲ ਜਿਹੜੇ ਮੇਲੇ ਸੱਜਦੇ ਹੈ ਤੁਸੀਂ ਇਸ ਮੇਲੇ ਦੀ ਰੌਣਕ ਬਣੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਚਲੋ 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 ਵੀ ਮਾਰੋ ਅਟੈਕ ਪਹਿਲਵਾਨੋ ਬਲਵਾਨ ਤੇ ਕਾਕਾ ਬੜੇ ਵਧੀਆ ਮੁਕਾਬਲੇ ਹੋਏ ਹੈ ਔਰ ਲਾਸਟ ਫਾਈਨਲ ਮੁਕਾਬਲਾ ਚੱਲਦਾ ਹੈ ਸਮਾਂ 3 ਮਿੰਟ ਦਾ ਉਹਦੇ ਚੋਂ ਵੀ ਜਿਹੜਾ ਟਾਈਮ ਜਿਹੜਾ ਨਿਕਲਦਾ ਜਾਂਦਾ ਹੈ ਪਹਿਲਵਾਨ
ਕਾਕਾ ਤੇ ਬਲਵਾਨ। ਚਲੋ ਚਲੋ ਚਲੋ, ਔਰ ਬੜੇ ਵਧੀਆ ਮੁਕਾਬਲੇ ਹੋਏ ਅੱਜ। ਬਲਵਾਨ ਮਾਰੋ ਟੈਗ, ਕਾਕੇ ਇੱਕ ਟੈਗ ਦਾ ਕਰ ਦੋ, ਸ਼ਾਇਦ ਕੁਸ਼ਤੀ ਨਿਬੜ ਜਾਏ। ਬਾਕੀ ਦਰਸ਼ਕ ਵੀ ਹਾਲੇ ਤੱਕ ਕੋਈ ਵੀ ਦਰਸ਼ਕ ਹਿੱਲਿਆ ਨਹੀਂ ਆਪਣੀ ਆਪਣੀ ਜਗ੍ਹਾ ਤੋਂ, ਬਾਕੀ ਦਰਸ਼ਕਾਂ ਨੇ ਵੀ ਜਿਹੜਾ ਫੈਸਲਾ ਆਰ ਪਾਰ ਦਾ ਦੇਖ ਕੇ ਜਾਣਾ ਹੈ। ਚਲੋ ਵੀ ਢੋਲੀ ਲਾਓ, ਢੋਲ ਤੇ ਟਗਾ ਫੜਿਆ ਭਰਾ।